ਜੀ ਜ਼ਿਕਰ ਹੁਣ ਆਖਰੀ ਹਿੱਸੇ 'ਚ ਸਾਡਾ ਗਗਨ ਸਿੰਘ ਮੇਰੇ ਨਾਲ ਗੱਲਬਾਤ ਕਰਨਗੇ ਗਗਨ ਸਿੰਘ ਉਹ ਨਹੀਂ ਤੁਹਾਨੂੰ ਪਤਾ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਨਾਲ ਬੜੀ ਤਨਦੇਹੀ ਨਾਲ ਕੰਮ ਕਰ ਰਹੇ ਨੇ ਕਮਿਊਨਿਟੀ ਦੇ ਵਿੱਚ ਕੋਈ ਕੰਮ ਹੋਵੇ ਚੜ੍ਹਦੀ ਕਲਾ ਦੇ ਵਿੱਚ ਅੱਗੇ ਹੋ ਕੇ ਉਸ ਨੂੰ ਆਪਣੇ ਮੋਢੇ ਤੇ ਰੱਖ ਕੇ ਆਪ ਤੁਰਨ ਗਗਨ ਸਿੰਘ ਦੇ ਹਿੱਸੇ ਆਇਆ ਕੁਝ ਇੱਕ ਉਹਨਾਂ ਨੇ ਨਿਊਜ਼ਲੈਟਰ ਕੱਢਿਆ ਇਲਿਗਲ ਆਫ ਡਾਕ ਜਿਹੜਾ ਕੰਮ ਹੈ ਉਸ ਨੂੰ ਨੰਗਿਆ ਕਰਨ ਦਾ ਅੱਜ ਉਹ ਦੱਸਣਗੇ ਕਿ ਕੀ ਕਰਨਾ ਚਾਹੁੰਦੇ ਨੇ ਨਗਨ ਸਿੰਘ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ। ਸ਼ੁਕਰੀਆ ਵੀ ਜੀ ਸਮਾਂ ਦੇਣ ਲਈ। ਧੰਵਾਦ ਜੀ ਬਹੁਤ-ਬਹੁਤ। ਅੱਛਾ ਜਿਹੜੀ ਆਫ ਡਾਕ ਜਿਹੜਾ ਇਲੀਗਲ ਸ਼ਬਦ ਆ ਇਹ ਕੀ ਹੈ? ਜਿਹੜਾ ਸ਼ੁਰੂਆਤ ਜਿੰਨੀਆਂ ਵੀ ਸਟ੍ਰਾਈਕਾਂ ਹੋਈਆਂ ਅੱਜ ਤੱਕ ਸੋ ਉਹ ਹੋੜ ਦਾ ਜਿਹੜਾ ਮੇਨ ਕਾਰਨ ਆ ਉਹ ਆਫ ਟਾਕ ਹੀ ਸਿਗਾ ਕਿਉਂਕਿ ਇਹ ਹੁਣ ਟਰੱਕ ਲਾਇਸੈਂਸ ਨਹੀਂ ਗੇ। ਨਾ ਉਹਨਾਂ ਨੂੰ ਕੋਈ ਏਜ ਦੀ ਰਿਕੁਆਇਰਮੈਂਟ ਆ, ਨਾ ਉਹਨਾਂ ਨੂੰ ਪੂਰਾ ਪੇ ਕਰਨ ਦੀ ਰਿਕੁਆਇਰਮੈਂਟ ਆ ਜਿਵੇਂ ਸਿੰਪਲ ਢੰਗ ਨਾਲ ਕਹਾਂ। ਵੇ ਇੱਕ ਕੰਮ ਜਿਹੜਾ ਆ ਉਹ 140 ਡਾਲਰ ਚ ਹੋ ਰਿਹਾ ਦੂਜੇ ਪਾਸੇ ਇੱਕ ਕੰਮ ਬੰਦਾ 50 ਡਾਲਰ ਚ ਕਰ ਰਿਹਾ ਸੋ ਜਿਹੜੇ ਤੁਹਾਡੇ ਟੈਗ ਵਾਲੇ ਨੇ ਉਹਨਾਂ ਨੂੰ ਸਿਰਫ ਰੱਖਦੇ ਆ ਪੋਰਟ ਤੇ ਜਾਣ ਨੂੰ ਜਿਹੜਾ ਅੰਦਰਲਾ ਕੰਮ ਆ ਉਹ ਪ੍ਰਾਈਵੇਟ ਟਰੱਕ ਕਰ ਰਿਹਾ ਜਿਹੜਾ ਬਾਹਰਲਾ ਕੰਮ ਆ ਉਹਨਾਂ ਦੇ ਪ੍ਰਾਈਵੇਟ ਟਰੱਕ ਕਰ ਰਿਹਾ ਸੋ ਉਹਨੂੰ ਬੰਦ ਕਰਨ ਦੇ ਲਈ ਦੇਖੋ ਲੈਜਿਸਲੇਸ਼ਨ ਦੇ ਵਿੱਚ ਪਹਿਲਾਂ ਹੀ ਸੀਗਾ ਲਾਗੂ ਨਹੀਂ ਸੀ ਹੋਇਆ ਤਕਰੀਬਨ ਸਾਨੂੰ ਪੂਰੇ ਜੇ ਕਹਾ 6 ਸਾਲ ਤਾ ਸਾਨੂੰ ਲੱਗਿਆ ਨੂੰ ਹੋ ਗਿਆ ਆ ਉਦੇ ਤੋਂ ਬਾਅਦ ਹੁਣ ਰੀਸੈਂਟਲੀ ਤਕਰੀਬਨ 5 ਮਹੀਨੇ ਦੇ ਐਕਸਟ੍ਰੀਮ ਪ੍ਰੈਸ਼ਰ ਤੋਂ ਬਾਅਦ ਫੇਰ ਅਸੀਂ ਇਸ ਲੈਵਲ ਤੇ ਆਏ ਆ ਵੀ ਜਿੱਥੇ ਉਹਨਾਂ ਨੇ ਵਾਕੇ ਮੰਨ ਲਿਆ ਵੀ ਹਾਂ ਠੀਕ ਆ ਵੀ ਜਿਹੜੇ ਜਿਹੜੇ ਇਹ ਆਫ ਡਾਕ ਜਿਹੜੇ ਇਲੀਗਲ ਟਰੱਕ ਆ ਜਾਂ ਜਿਹੜਾ ਆਫ ਡਾਕ ਵਾਲਾ ਕੰਮ ਆ ਜਿਹੜੇ ਰਜਿਸਟਰਡ ਟਰੱਕ ਉਹੀ ਕਰਨਗੇ ਪਹਿਲੀ ਚੀਜ਼ ਦੂਜੀ ਚੀਜ਼ ਇਹ ਹੁੰਦੀ ਸੀ ਜਿਹੜੀਆਂ ਕੰਪਨੀ ਜਿਹੜੇ ਕੰਪਨੀ ਟਰੱਕ ਆ ਉਹ ਕੀ ਕਰਦੇ ਸੀ ਜਿਹੜੇ ਰਜਿਸਟਰਡ ਸੀਗੇ ਸੋਰੀ ਜਿਹੜੇ ਜਦੋਂ ਪੋਰਟ ਤੇ ਜਾਣਾ ਕੋਈ ਹੋਰ ਰੇਟ ਹੂੰ ਪੋਰਟ ਤੋਂ ਵਿਲੇ ਹੋਗਾ فرض ਕਰੋ ਪੋਰਟ ਦਾ ਰੇਟ 28 ਡਾਲਰ ਆ ਅੱਜ ਦਾ ਜਿੱਦਿਆਂ ਪੋਰਟ ਤੋਂ ਵਿਲੇ ਹੋਗਾ ਉਸੇ ਵੇਲੇ ਉਹਨਾਂ ਨੇ ਰੇਟ ਚੱਕ ਕੇ 20 ਡਾਲਰ ਕਰ ਦੇਣਾ ਉਹ ਵੀ ਇਸੇ ਰੀਲੀਸ ਦੇ ਵਿੱਚ ਹੁਣ ਕਲੀਅਰ ਕਟ ਆ ਗਿਆ ਵੀ ਚਾਹੇ ਉਹ ਕਿਤੇ ਵੀ ਹੋਣ ਚਾਹੇ ਉਹ ਪ੍ਰੀ ਟ੍ਰਿਪ ਕਰਦਾ ਕੋਈ ਤਾਂ ਵੀ ਉਹੀ ਰੇਟ ਆ ਪੋਸਟ ਟ੍ਰਿਪ ਦਾ ਵੀ ਉਹੀ ਰੇਟ ਆ ਜੇ ਖਾਲੀ ਚ ਐਸਸੀ ਕਿਤੇ ਛੱਡਣ ਜਾ ਰਹੇ ਆ ਉਹਦਾ ਵੀ ਉਹੀ ਆ ਬੌਬ ਟੇਲ ਦਾ ਵੀ ਉਹੀ ਆ ਜੇ ਯਾਰਡ ਦੇ ਵਿੱਚ ਕੋਈ ਕੰਮ ਕਰਦੇ ਆ ਕੋਈ ਕੰਟੇਨਰ ਡਰਾਪ ਆਫ ਕਰਨਾ ਜਾਂ ਦੂਜੀ ਟਰ ਤੇ ਲਾਉਣਾ ਉਹਦਾ ਵੀ ਉਹੀ ਰੇਟ ਆ ਸੋ ਇਹ ਜਿਹੜਾ ਕਮਿਸ਼ਨਰ ਨੇ ਹੁਣ ਨਿਊਜ਼ਲੈਟਰ ਕੱਢਿਆ ਇਹ ਨਾਲ ਤੁਹਾਨੂੰ ਫਾਇਦਾ ਹੋਊ ਜਾਂ ਇਹ ਕੀ ਹੈ ਕਮਿਸ਼ਨਰ ਤਾਂ ਬੜੇ ਚਿਰ ਦਾ ਹੈ ਕੋਈ ਫਾਇਦਾ ਹੋ ਰਿਹਾ ਦੇਖੋ ਫੈਰਾ ਹੋ ਗਿਆ ਪਰ ਉਹਨਾਂ ਨੇ ਹੁਣ ਗੇਂਦ ਜਿਹੜੀ ਆ ਉਹ ਸਾਡੇ ਪਾਲੇ 'ਚ ਸਿੱਟਦੀ ਆ ਉਹ ਲਾਂਚ ਦਾ ਬਹੁਤ ਕੁਝ ਹੁੰਦਾ ਅਸੀਂ ਬੜੇ ਆਸਵੰਦ ਆ ਵੀ ਹੁਣ ਵੀ ਉਹ ਕੰਮ ਕਰਨਗੇ ਇਸੇ ਕਰਕੇ ਜਿਹੜਾ ਹੁਣ ਅਸੀਂ ਇੱਕ ਨਵਾਂ ਇਹ ਸ਼ੁਰੂਆਤ ਕੀਤੀ ਆ ਜਿਹੜਾ ਲੋਗੋ ਵੀ ਸਪੈਸ਼ਲੀ ਅਸੀਂ ਡਿਜ਼ਾਈਨ ਕੀਤਾ ਵੇ ਰਿਪੋਰਟ ਇਲੀਗਲ ਆਫ ਟਾਕ ਵਰਕ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਰਿਪੋਰਟਿੰਗ ਜਿਹੜੀ ਆ ਉਹ ਕਮਿਸ਼ਨਰ ਨੂੰ ਜਾਂ ਕਿਸੇ ਸਰਕਾਰੀ ਏਜੰਸੀ ਨੂੰ ਉਹ ਤਿਆਰ ਕਰ ਦਿੰਦੇ ਸੀ ਸੋ ਉਹਦੇ ਵਿੱਚ ਵੀ ਜਦੋਂ ਰਿਪੋਰਟ ਜਾਂਦੀ ਸਾਨੂੰ ਉਹਦੀ ਐਕਸੈਸ ਨਹੀਂ ਸੀ ਅਸੀਂ ਹੁਣ ਠੀਕ ਹੈ ਸਾਨੂੰ ਕੰਮ ਜ਼ਰੂਰ ਥੋੜਾ ਜਿਹਾ ਵੱਧ ਗਿਆ ਪਰ ਅਸੀਂ ਇਹ ਸਾਰੀ ਇੰਡਸਟਰੀ ਵਾਲੇ ਵੀਰਾਂ ਨੂੰ ਹੌਨਰ ਐਨਕਰੇਜ ਕਰਦੇ ਆ ਸਾਡਾ ਆ ਪਹਿਲਾ ਪ੍ਰੋਗਰਾਮ ਆ ਹੁਣ ਜਿੱਥੇ ਅਸੀਂ ਫਰਸਟ ਟਾਈਮ ਅਨਾਉਂਸ ਕੀਤਾ ਆ ਇਹਦੀ ਸਾਰਿਆਂ ਨੂੰ ਵੀਡੀਓ ਚੱਲੀ ਜਾਣੀ ਆ ਜਿਹੜਾ ਇਹ ਆਫ ਡੌਕ ਜਿਹੜੇ ਟਰੱਕ ਆ ਕਿਤੇ ਵੀ ਚੱਲਦੇ ਆ ਸਾਨੂੰ ਤੁਸੀਂ ਸਿਰਫ ਕਿਹੜੀ ਕੰਪਨੀ ਦਾ ਟਰੱਕ ਆ ਟਰੱਕ ਦਾ ਪਲੇਟ ਨੰਬਰ ਕੀ ਆ ਯੂਨਿਟ ਨੰਬਰ ਕੀ ਆ ਤੇ ਕਿਹੜਾ ਟਾਈਮ ਤੇ ਲਾਸਟ ਦੇ ਵਿੱਚ ਕਿਹੜੀ ਜਗ੍ਹਾ ਤੁਸੀਂ ਉਹ ਦੇਖਿਆ ਮਤਲਬ ਸੜਕ ਤੇ ਦੇਖਣਾ ਪਿੱਛੇ ਨਹੀਂ ਜਾਣਾ ਨਹੀਂ ਕਿਤੇ ਨਹੀਂ ਜਾਣਾ ਕਿਸੇ ਨੂੰ ਕੁਝ ਕਹਿਣਾ ਨਿਕਾ ਉਹ ਸਾਨੂੰ ਡਾਟਾ ਭੇਜ ਦੇਣਾ ਉਹ ਅਸੀਂ ਉਹਦੇ ਅਕੋਰਡਿੰਗਲੀ ਅਸੀਂ ਪ੍ਰੋਮਿਸ ਕਰਦੇ ਹਾਂ ਵੀ ਤੁਹਾਡੀ ਜਿਹੜੀ ਆਇਡੈਂਟੀਟੀ ਆ ਉਹ ਅਸੀਂ ਸੇਫ ਰੱਖਾਂਗੇ ਪਰ ਪਤਾ ਕਿਵੇਂ ਲੱਗੂ ਕੰਟੇਨਰ ਚੱਕੀ ਜਾ ਰਿਹਾ ਟਰੱਕ ਵੀ ਇਹ ਇਲੀਗਲ ਆ ਜਾਂ ਲੀਗਲ ਆ ਬਹੁਤੀਆਂ ਅਸੀਂ ਕੱਲ ਨੂੰ ਕੰਪਨੀ ਦੀ ਲਿਸਟ ਕੱਢ ਦੇਣੀ ਆ ਵੇ ਕਿਹੜੀਆਂ ਕੰਪਨੀਆਂ ਕਿਹੜੀਆਂ ਕੰਪਨੀਆਂ ਮੈਜੋਰਟੀ ਜਿਹੜੇ ਜਿਹੜੇ ਹੁੰਦਾ ਇਹ ਆ ਜੀ ਜਿਹੜੇ ਅਖੀਰ ਗੱਲ ਆ ਕਿ ਓਨਰ ਆਪਰੇਟਰਾਂ ਦੇ ਡਿੱਗਦੀ ਆ ਕੰਪਨੀ ਡਰਾਈਵਰ ਨੂੰ ਕੋਈ ਫਰਕ ਨਹੀਂ ਉਹਨੂੰ ਪੂਰਾ ਕੰਮ ਮਿਲ ਰਿਹਾ ਹੁਣ ਓਨਰ ਆਪਰੇਟਰ ਕੰਪਲੇਂਟ ਕਰ ਰਿਹਾ ਵੀ ਇੱਕ ਕੰਪਨੀ ਦੇ ਵਿੱਚ 30 ਟਰੱਕ ਰਜਿਸਟਰਡ ਆ 10 ਟਰੱਕ ਜਿਹੜੇ ਆ ਉਹ ਨਾਨ ਰਜਿਸਟਰਡ ਆ 10 ਟਰੱਕ ਦਾ ਕੀ ਇਹ ਜੀ ਹਾਲਤ ਆ ਲਿਆ ਜਿਹੜਾ 10000 ਦਾ ਹੀ ਟਰੱਕ ਆ ਸਾਰਾ ਉਹ ਬਿਲਕੁਲ ਪੈਸੇ ਕਮਾਉਂਦਾ ਉਹ 10 ਟਰੱਕ ਜਿਹੜੇ ਹਾਂਜੀ 10 ਟਰੱਕ ਜਿਹੜੇ ਆ ਉਹ 10-10 ਮੂਵ ਇੱਕ ਦਿਨ ਦੇ ਲਾ ਰਿਹਾ ਹੁਣ ਜਦੋਂ ਜਦੋਂ ਹੁਣ ਇੱਕ ਬੰਦੇ ਨੂੰ ਕੰਮ ਮਿਲਦਾ ਚੌਥੇ ਦਿਨ ਚੌਥੇ ਦਿਨ ਸੋ ਕਈ ਬੰਦੇ ਇਹੋ ਜਿਹੇ ਵੀ ਰਿਹਾ ਵੀ ਜਿਹੜੇ ਜਿਹੜੇ ਪੂਰੇ 1 ਮਹੀਨੇ ਦੇ ਵਿੱਚ ਮਸਾਂ 6 ਤੋਂ 7 ਦਿਨ ਕੰਮ ਕਰਦੇ ਆ ਜਿਹੜੇ ਇਲੀਗਲ ਟਰੱਕ ਆ ਉਹ ਰੋਜ਼ ਦਾ ਕੱਲਾ ਕੱਲਾ ਟਰੱਕ 6 6 7 7 ਮੂਵ ਮਿਨੀਮਮ ਆ ਕਿੰਨੇ ਕ ਟਰੱਕ ਚੱਲ ਰਹੇ ਤਕਰੀਬਨ ਸਾਡਾ ਅੰਦਾਜ਼ਾ ਆ ਕਿਉਂਕਿ ਪੂਰੇ ਸਾਡੇ ਕੋਲ ਫੈਕਟ ਨਹੀਂ ਗਿਆ ਅਸੀਂ ਅੰਦਾਜ਼ਨ ਸੋਚਦੇ ਆ ਬਈ 50% ਜਿਹੜਾ ਅੱਧਾ ਕਮ ਇੰਡਸਟਰੀ ਦਾ ਅੱਧੇ ਤੋਂ ਵੱਧ ਕਮ ਜਿਹੜਾ ਆਫ ਡੌਕ ਆ ਕਮਾਲ ਉਹ ਸਾਰਾ ਅੱਧੇ ਦੇ ਵਿੱਚ 1700 ਟਰੱਕ ਆ ਟੋਟਲ ਜਿਹੜਾ ਰਜਿਸਟਰਡ 1735 ਟਰੱਕ ਪੋਰਟ ਤੇ ਓਕੇ 1735 ਆ ਦੇ ਵਿੱਚੋਂ ਜਿਹੜਾ ਔਨ ਟਾਪ ਆਫ दैट ਜਿੰਨਾ ਜਿਹੜਾ ਵੀ ਕੰਟੇਨਰ ਪੋਰਟ ਤੇ ਜਾਂਦਾ ਉਹ ਕਿਤੇ ਉਹ ਖਾਲੀ ਚੱਕਿਆ ਜਾਂਦਾ ਖਾਲੀ ਚੈਸੀ ਹੁੰਦੀ ਇੱਕ ਪੋਰਟ ਦੀ ਮੂਵ ਨਾਲ ਅੰਦਾਜ਼ਨ ਡੇਢ ਮੂਵ ਹੋਰ ਜਿਹੜੀ ਆ ਉਹ ਅਟੈਚਡ ਹੁੰਦੀ ਆ ਜਿਹੜੀ ਆਫ ਡੌਕ ਦੀ ਆ ਸੋ ਜੇ ਟੋਟਲ ਸਾਰੀ ਇੰਡਸਟਰੀ ਦੇ ਕੰਮ ਨੂੰ ਲਈਏ ਤੇ 30% ਕੰਮ ਆ ਜਿਹੜਾ ਨੌਨ ਲਾਇਸੈਂਸ ਟਰੱਕ ਹੀ ਕਰੀ ਜਾ ਰਿਹਾ ਕਮਾਲ ਹੋ ਗਈ ਸੋ ਉਹਨੂੰ ਬੰਦ ਕਰਨਾ ਬੜਾ ਚੈਲੈਂਜਿੰਗ ਸਿਗਾ ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਵੀ ਚਲੋ ਅਸੀਂ ਅਸੀਂ ਕੋਈ ਬੀਸੀ ਦੀ ਸਰਕਾਰ ਦੇ ਕੋਈ ਨਮਾਇंदे ਨਹੀਂਗੇ ਨਾ ਹੀ ਅਸੀਂ ਉਹਨਾਂ ਨੂੰ ਕੋਈ ਪ੍ਰਮੋਟ ਕਰਨਾ ਹੈ ਸਾਰੇ ਜਣੇ ਪਲੀ ਭੰਦ ਜਾਣੂ ਆ ਵੀ ਜਿੱਦਣੋਂ ਕੁਝ ਗਲਤ ਕਰਦੇ ਅਸੀਂ ਓਪਨਲੀ ਕਹਿੰਦੇ ਆ ਸਾਨੂੰ ਕੋਈ ਇਹ ਜਿਹਾ ਕੰਸਰਨ ਨਹੀਂ ਗਾ ਪਰ ਇਹ ਪਹਿਲੀ ਵਾਰੀ ਹੋਇਆ ਵੀ ਉਹਨਾਂ ਨੇ ਬੜਾ ਹੀ ਸਾਡੀ ਸਪੋਰਟ ਕੀਤੀ ਆ ਹੁਣ ਜਿਹੜਾ ਜਿਹੜਾ ਹੁਣ ਸਾਡੇ ਜਿਹੜੇ ਵੀਰ ਆ ਜਿਹੜੇ ਉਹ ਜਿੰਨੀ ਸਾਡੇ ਕੋਲ ਵੱਧ ਵੱਧ ਡੇਟਾ ਆਊਗਾ ਉਸੇ ਢੰਗ ਨਾਲ ਅਸੀਂ ਉਹਦੀ ਰਿਪੋਰਟਿੰਗ ਕਰਾਂਗੇ ਫਿਰ ਜਿਹੜਾ ਜੇ ਕਮਿਸ਼ਨਰ ਹੁਣੀ ਬਣਦੀ ਕਾਰਵਾਈ ਅਸੀਂ ਬੜੇ ਆਸਮਾਨ ਤੋਂ ਵੀ ਉਹ ਕਰਨਗੇ ਜੇ ਨ ਕੇਸ ਨਹੀਂ ਹੁੰਦੀ ਫਿਰ ਉਹਦਾ ਵੀ ਕੋਈ ਹੱਲ ਜਾਂ ਕੋਈ ਆਲਟਰਨੇਟ ਹੋਰ ਕੱਢਾਂਗੇ ਤੇ ਅਖੀਰ ਵਿੱਚ ਇੱਕ ਚੀਜ਼ ਜ਼ਰੂਰ ਕਹਿਣਾ ਵੀ ਜਿਹੜੇ ਸੀਪੀ ਤੇ ਸੀਐਨ ਦੇ ਟਰਮੀਨਲ ਆ ਉਹਦੇ ਬਾਰੇ ਕਾਫੀ ਆਮ ਗੱਲਾਂ ਹੁੰਦੀਆਂ ਬਈ ਸੀਪੀ ਤੇ ਸੀਐਨ ਨੂੰ ਰੇਟ ਪੇ ਕਰਨ ਦੀ ਲੋੜ ਨਹੀਂ ਇਹ ਵੀ ਇੱਕ ਬੜੀ ਖੁਸ਼ੀ ਦੀ ਗੱਲ ਆ ਵੀ ਕਮਿਸ਼ਨਰ ਹੁਣੀ ਆਪਣੀ ਰਿਲੀਜ਼ ਦੇ ਵਿੱਚ ਕਲੀਅਰਲੀ ਕਿਹਾ ਆ ਵੀ ਸੀਪੀ ਤੇ ਸੀਐਨ ਜਿਹੜਾ ਆ ਉਹ ਵੀ ਆਫ ਡੌਕ ਆ ਇੰਟਰ ਮੋਡਲ ਫੈਸਿਲਿਟੀ ਯੈਸ ਯੈਸ ਸੋ ਕਿਸੇ ਟਾਈਮ ਤੁਸੀਂ ਇਹ ਦੇਖੋ ਵੀ ਇਹ ਟਰਮੀਨਲ ਹੁੰਦੇ ਸੀ ਟਰਮੀਨਲ ਤੋਂ ਰੇਟ ਵੱਧ ਹੁੰਦਾ ਆਫ ਡੌਕ ਤੋਂ ਘਟਿਆ ਪਰ ਅੱਜ ਤੱਕ ਉਹ ਆਫ ਡੌਕ ਵੀ ਨਹੀਂ ਸੀ ਮੰਨਦੇ ਸੋ ਹੁਣ ਜਿਹੜਾ ਆ ਸਿਰਫ ਇੱਕੋ ਹੀ ਕੰਮ ਆ ਜਿਹੜਾ ਅਸੀਂ ਆਪਣੇ ਭਾਈਆਂ ਤੋਂ ਚਾਹਨੇ ਆਪਣੇ ਵੀਰਾਂ ਤੋਂ ਚਾਹਨੇ ਆ ਤਕੜੇ ਹੋਵੋ ਜਿਹੜਾ ਸਾਡਾ ਯੂਟੀਏ ਦਾ ਨੰਬਰ ਪਿਛਲੇ 7 ਸਾਲਾਂ ਤੋਂ ਚੱਲਿਆ ਆਉਂਦਾ ਉਹ ਉਹੀ ਆ 604 499 8400 ਸੋ 604 499 8400 ਤੇ ਜਿਹੜਾ ਸਾਡਾ ਈਮੇਲ ਐਡਰੈਸ ਆ ਬਹੁਤ ਸੌਖਾ ਆ ਉਹ ਵੀ uta.bc.ca@gmail ओके अगेन ਮੈਂ ਕਹਿੰਨਾ ਵੀ ਤੁਹਾਡੀ ਆਇਡੈਂਟੀਟੀ ਜਿਹੜੀ ਆ ਉਹ ਹਾਈਡ ਰੱਖੀ ਜਾਊਗੀ ਅਸੀਂ ਸਿਰਫ ਡੇਟਾ ਭੇਜਣਾ ਉਹਦੇ ਨਾਲ ਕਿੱਥੋਂ ਆਇਆ ਕਿਹਨੇ ਭੇਜਿਆ ਅਸੀਂ ਉਹਦੇ ਲਈ ਜ਼ਿੰਮੇਵਾਰ ਆ। ਸੋ ਇਹ ਇੱਕ ਇਹੀ ਜੀ ਆਪਾਂ ਸ਼ੁਰੂਆਤ ਕਰੀਏ। ਨਾਲੇ ਉਹਨਾਂ ਦੇ ਘਰੇ ਹੀ ਪੈਸੇ ਜਾਣੇ ਨੇ ਜੇ ਕੰਟਰੋਲ ਕਰ ਲੈਣਗੇ। ਬਿਲਕੁਲ। 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 ਧੰਨਵਾਦ ਗਗਨ ਸਿੰਘ ਜੀ। ਸ਼ੁਕਰੀਆ ਵੀ ਜੀ ਸਮਾਂ ਦੇਣ ਲਈ ਬਹੁਤ-ਬਹੁਤ ਵਧੀਆ ਇਨੀਸ਼ੀਏਟਿਵ ਹੈ ਤੇ ਇਸ ਤੇ ਅੱਗੇ ਚੱਲ ਕੇ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੱਥੇ ਇੱਕ ਗੱਲ ਪਹੁੰਚੀ ਆ ਪਰ ਦੇਖੋ ਅਖੀਰ 'ਚ ਮੈਂ ਇਹੀ ਕਹਾ ਕਿ ਕਮਿਊਨਿਟੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵੀ ਉਤਸ਼ਾਹੀ ਬੰਦੇ ਹੁੰਦੇ ਨੇ ਉਹ ਗੱਲ ਠਿੱਲ ਸਕਦੇ ਆ। ਅੱਗੇ ਕਮਿਊਨਿਟੀ ਦਾ ਭਾਈਚਾਰੇ ਦਾ ਮਤਲਬ ਹੈ ਉਸ ਨੂੰ ਅੱਗੇ ਕਰਨਾ ਕੱਲਾ ਬੰਦਾ ਕਿਤੇ ਨਹੀਂ ਉਹਨੂੰ ਲੈ ਕੇ ਜਾ ਸਕਦਾ ਜੇ ਤੁਸੀਂ ਕਹੋਗੇ ਹੁਣ ਸਾਰਾ ਕੁਝ ਜਿਨੇ ਗੱਲ ਜਿਨੇ ਹੁਣ ਇਹ ਕੁੰਡਾ ਖੜਕਾਇਆ ਉਹਨੇ ਖੋਲਣਾ ਇਹ ਨਹੀਂ ਹੁੰਦੀ ਇਸ ਤਰ੍ਹਾਂ ਔਰ ਹਰ ਰੋਜ਼ ਅਸੀਂ ਇਸ ਮੁਸ਼ਕਲ ਚੋਂ ਲੰਘ ਰਹੇ ਹਾਂ ਹਰ ਰੋਜ਼ ਕਮਿਊਨਿਟੀ ਦੇ ਇਸ਼ੂ ਚੱਕਦੇ ਆ ਪਰ ਉਹ ਠੁਸ ਕਿਉਂ ਹੁੰਦੇ ਨੇ ਕਿਉਂਕਿ ਕਮਿਊਨਿਟੀ ਪੈਰਾ ਨਹੀਂ ਦਿੰਦੀ ਅਖੀਰ ਇੱਕ ਸਮਾਂ ਆ ਜਾਣਾ ਜਿੱਦਣ ਸ਼ੇਰ ਆਉਣਾ ਕਿਸੇ ਨੇ ਰੌਲਾ ਨਹੀਂ ਪਾਉਣਾ ਫਿਰ ਫਿਰ ਮਰਜੀ ਰੱਬ ਆਸਰੇ ਚੱਲਣਾ ਤੁਹਾਡੀ ਮਰਜ਼ੀ ਹੈ। ਐਸ ਸੀ ਹੈਲੋ ਟ੍ਰੱਕਿੰਗ ਵਿੱਚ ਹਰਜੀਤ ਸਿੰਘ ਗੱਲੋਂ ਸਾਡੇ 6 ਵਜੇ ਮਿਲਦਾ ਇਸ ਸ਼ੋਅ ਦੇ ਵਿੱਚ ਮੈਂ ਵੱਧ ਜ਼ੋਰ ਲਾਉਣਾ ਉਹਦਾ ਕਾਰਨ ਇਹ ਹੈ ਇੰਡਸਟਰੀ ਨੂੰ ਠੀਕ ਕਰਨ ਦੀ ਲੋੜ ਹੈ ਔਰ ਇਹਦੇ ਤੇ ਐਕਸ਼ਨ ਚਾਹੀਦਾ। ਜੇ ਮੈਂ ਸੱਧੂ ਹਣੀ ਦੱਸ ਕੇ ਗਏ ਹੁਣ ਕਰੈਕਸ਼ਨ ਦੀ ਲੋੜ ਹੈ। ਸਾਈਜ਼ ਘਟਾਉਣੇ ਪੈਣੇ ਨੇ, ਰੇਟ ਚੱਕਣੇ ਪੈਣੇ ਨੇ। ਸੜਕਾਂ ਕਾਦ ਲਈ ਮਿੰਦੇ ਫਿਰਨਾ ਜੇ ਪੈਸਾ ਹੀ ਨਹੀਂ ਕੋਲ ਕੋਈ ਬਣਨਾ। ਆਪਣੇ ਰੇਟ ਤੇ ਆ ਵਧੀਆ ਰੱਖੋ ਲੜਕੇ ਲਓ। ਉਹਨੂੰ ਕਹੇ ਵੀ ਅਸੀਂ ਸ਼ਿਕਾਗੋ ਤੋਂ ਸਰੀ ਕਿਉਂ 2800 ਡਾਲਰ ਜਾਈਏ ਇਹ ਨਾਲ ਤਾਂ ਫਿਰ ਜੇ ਟੱਟੂ ਪਾੜਾ ਕੁੜਮਾ ਦਾ ਕਰਨਾ ਫਿਰ ਕਾਦੇ ਲਈ ਕਰਨਾ ਹੈ ਇਸ ਨੂੰ ਤਾਂ ਖਾਲੀ ਟਾਇਰ ਖੜਕਦੇ ਚੰਗਿਆ ਨੇ ਫਿਰ ਤੇਲ ਤਾਂ ਅੱਧਾ ਲੱਗੂ ਉਂ ਕਿਹੜਾ ਕੋ ਬਣਨਾ ਕੱਲ ਨੂੰ ਮੁੜਦੇ ਆ 6:30 ਵਜੇ ਰੱਬ ਰੱਖਾ ਹੈਵੀ ਗੁੱਡ ਵਨ ਮਾਵਾ ਦੇ ਪੁੱਤ ਨਸ਼ੌਕੀ ਬਾਪੂ ਦੇ ਕੰਮ ਵਿੱਚ ਹੀਰੇ ਮਾਵਾ ਦੇ ਪੁੱਤ ਨਸ਼ੌਕੀ ਬਾਪੂ ਦੇ ਕੰਮ ਵਿੱਚ ਹੀਰੇ ਤਰੱਕਾਂ ਵਾਲੇ ਬਾਈ ਤਰੱਕਾਂ ਵਾਲੇ ਵੀਰੇ ਤਰੱਕਾਂ ਵਾਲੇ ਬਾਈ ਤਰੱਕਾਂ ਵਾਲੇ ਵੀਰੇ ਕਦੇ ਡਰਾਈਵਰ ਸੀਟ ਤੇ ਬੈਠ ਕੇ ਕਦੇ ਨਾਲ ਦੀ ਸੀਟ ਤੇ ਬੈਠ ਕੇ ਗੱਲਾਂ ਕਰਾਂਗੇ ਤੁਹਾਡੇ ਨਾਲ ਤੁਹਾਡੇ ਮਸਲਿਆਂ ਬਾਰੇ ਤੇ ਤੁਹਾਡੀ ਜ਼ਿੰਦਗੀ ਦੇ ਬਾਰੇ